ਪਰਿਵਾਰੀ ਸਾਧ ਸੰਗਤ ਜੀ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਪਵਿੱਤਰ ਪ੍ਰਕਾਸ਼ 5 ਜਨਵਰੀ 2024 ਨੂੰ ਆ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਇੱਕ ਵਿਸ਼ਾਲ ਨਗਰ ਕੀਰਤਨ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਡੇ ਸਾਰੇ ਹੀ ਇਲਾਕੇ ਦੀ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਔਰ ਵਿਸ਼ੇਸ਼ ਤੌਰ ਦੇ ਉੱਤੇ ਜੋ ਹਮੇਸ਼ਾ ਹੀ ਸਹਿਯੋਗ ਕੋਟਲੀ ਅਰਜਨ ਸਿੰਘ ਦੀ ਜੋ ਸੰਗਤ ਅਤੇ ਉਹਨਾਂ ਦੇ ਨਾਲ ਜੋ ਪ੍ਰਬੰਧਕ ਕਮੇਟੀ ਦੇ ਨਾਲ ਇਹ ਬਹੁਤ ਹੀ ਵੱਡਾ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ। ਇਹ ਨਗਰ ਕੀਰਤਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਨੂੰ ਸਮਰਪਿਤ ਹੈ ਔਰ 2 ਤਰੀਕ 2 ਜਨਵਰੀ ਨੂੰ ਇਹ ਦਿਨ ਮੰਗਲਵਾਰ ਇਹ ਨਗਰ ਕੀਰਤਨ ਬਹੁਤ ਹੀ ਹਰਸ਼ੋ ਉਲਾਸ ਬੜੀ ਸ਼ਾਨੋ ਸ਼ੌਕਤ ਦੇ ਨਾਲ ਕੱਢਿਆ ਜਾ ਰਿਹਾ ਹੈ। ਸੋ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਕਿ ਸਵੇਰੇ 9 ਵਜੇ ਕੋਟਲੀ ਅਰਜਨ ਸਿੰਘ ਤੋਂ ਠੀਕ 9 ਵਜੇ ਇਹ ਨਗਰ ਕੀਰਤਨ ਆਰੰਭ ਹੋਵੇਗਾ। ਉਸਦੇ ਉਪਲਕਸ਼ ਵਿੱਚ ਜੋ ਆਪ ਜੀ ਨੇ ਵੇਖਿਆ ਇਹ ਤਿਆਰੀਆਂ ਦੇ ਪਿੱਛੇ ਗੱਡੀ ਬਣ ਰਹੀ ਹੈ, ਅੰਦਰ ਆਪ ਜੀ ਵੇਖ ਰਹੇ ਹੋ ਸਾਡੇ ਨਗਰਾਂ ਦੀਆਂ ਆਲੇ ਦੁਆਲੇ ਦੇ ਜਿੰਨੇ ਵੀ ਨਗਰ ਨੇ, ਇਸ ਖਾਸ ਕਰਕੇ ਕੋਟਲੀ ਅਰਜਨ ਸਿੰਘ ਦੀ ਸੰਗਤ, ਬਡੀਲੇ ਦੀ ਸੰਗਤ, ਸਾਡੇ ਕੋਟਲੀ ਸ਼ਾਹਦੋਨਾ ਦੀ ਸੰਗਤ, ਕਦਿਆਲ ਦੀ ਸੰਗਤ ਅਤੇ ਹੋਰ ਇਲਾਕਿਆਂ ਦੇ ਸਾਡੇ ਨੌਜਵਾਨ ਵੀਰ ਸਾਰੇ ਆ ਕੇ ਸੇਵਾ ਵਿੱਚ ਲੱਗੇ ਹੋਏ ਹਨ, ਜਿਹੜੇ ਗੱਡੀਆਂ ਸ਼ਿੰਗਾਰ ਰਹੇ ਹਨ ਅਤੇ ਉਹਦੇ ਨਾਲ ਜੋ ਨਗਰ ਕੀਰਤਨ ਦੀ ਤਿਆਰੀਆਂ ਹਨ ਉਹ ਸਾਰੀਆਂ ਕੀਤੀਆਂ ਜਾ ਰਹੀਆਂ ਨੇ। ਸੋ ਸੰਗਤਾਂ ਤੱਕ ਵਿਸ਼ੇਸ਼ ਤੌਰ 'ਤੇ ਤੁਹਾਡੇ ਇਹਨਾਂ ਚੈਨਲਾਂ ਦੇ ਰਾਹੀਂ ਇੱਕ ਵਿਸ਼ੇਸ਼ ਅੱਜ ਇੱਕ ਅਸੀਂ ਸੂਚਨਾ ਦੇਣ ਜਾ ਰਹੇ ਹਾਂ, ਇੱਕ ਸਾਡਾ ਕਿ ਸਭ ਤੱਕ ਇਹ ਆਵਾਜ਼ ਪਹੁੰਚੇ ਕਿ 2 ਤਰੀਕ ਨੂੰ ਇਹ ਨਗਰ ਕੀਰਤਨ ਜੋ 9 ਵਜੇ ਆਰੰਭ ਹੋਣਾ, ਸੰਗਤਾਂ ਹੁੰਮ ਹਮਾ ਕੇ ਆਪਣੇ ਸਾਰੇ ਪਾਸਿਓਂ ਸਾਰੇ ਇਲਾਕੇ ਦੇ ਵਿੱਚੋਂ ਸਾਰੇ ਬਾਰਡਰ ਤੋਂ ਸੰਗਤਾਂ ਪਹੁੰਚਣ ਔਰ ਇਸ ਨਗਰ ਕੀਰਤਨ ਦੀ ਜੋ ਰੌਣਕ ਹੈ ਉਸ ਨੂੰ ਵਧਾਉਣ, ਤਾਂ ਕਿ ਗੁਰੂ ਘਰ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੂੰ ਅਸੀਂ ਸਰਬਸਦਾਨੀ ਕਹਿੰਦੇ ਹਾਂ, ਜਿਨ੍ਹਾਂ ਨੇ ਮਾਨਵਤਾ ਦੀ ਖਾਤਰ, ਮਨੁੱਖਤਾ ਦੀ ਖਾਤਰ, ਧਰਮ ਦੀ ਖਾਤਰ ਆਪਣਾ ਸਭ ਕੁਝ ਵਾਰਨਾ ਕੀਤਾ, ਐਸੇ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਅਸੀਂ ਸਾਰਿਆਂ ਨੇ ਜੋ ਉਹਨਾਂ ਦਾ ਨਗਰ ਕੀਰਤਨ ਜੋ ਸਾਡੇ ਸਮੁੱਚੇ ਬਾਰਡਰ ਦਾ ਇੱਕ ਸੈਂਟਰ ਲੈਵਲ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਕੱਢਿਆ ਜਾਂਦਾ, ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਇਹ ਨਗਰ ਕੀਰਤਨ ਮੇਨ ਰੋਡ ਤੋਂ ਹੁੰਦਿਆਂ ਹੋਇਆ ਸਾਡੇ ਆਰਸਪੁਰਾ ਗੁਰਦੁਆਰਾ ਸਾਹਿਬ ਜੋ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਹਨ, ਸੈਂਟਰ ਗੁਰਦੁਆਰਾ ਆਰਸਪੁਰਾ ਵਿਖੇ, ਇਹ 5 ਵਜੇ ਇਹ ਨਗਰ ਕੀਰਤਨ ਉੱਥੇ ਪਹੁੰਚੇਗਾ। ਸੋ ਸੰਗਤ ਸਾਰੀ ਹੁੰਮ ਹੁਮਾ ਕੇ ਇਹਨਾਂ ਨਗਰ ਕੀਰਤਨਾਂ ਵਿੱਚ ਪਹੁੰਚੋ, ਤਾਂ ਕਿ ਸਾਡੇ ਅਸੀਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੇਕ ਵਨ ਅਬ ਆਪਕੇ ਵਟਸਐਪ ਪਰ ਵਟਸਐਪ ਕਰੀਏ ਹਾਈ 9728253663 ਪਰ।